ਆ ਜਾ ਇਧਰ ਜਰਾ ਦੇਖ ਕੇ ਮੈਂ ਕਿੱਦਾਂ ਸ਼ੂਟ ਕਰ ਸੱਤ ਤਰੀਕ ਨੂੰ ਸਾਡੇ ਕੋਲ ਸੋਹਣ ਲਾਲ ਨਾਂ ਦਾ ਵਿਅਕਤੀ ਆਇਆ ਸੀ ਅਜੀਜ਼ਪੁਰ ਸੁਜਾਨਪੁਰ ਦਾ ਰਹਿਣ ਵਾਲਾ। ਉਹਨਾਂ ਅੱਗੇ ਸ਼ਿਕਾਇਤ ਕੀਤੀ ਹੈ, ਪਹਿਲਾਂ ਮੇਰੇ ਆਫਿਸ ਆਇਆ, ਉਹਨੇ ਦੱਸਿਆ ਵੀ ਮੈਨੂੰ ਪਹਿਲਾਂ ਫੋਨ 'ਤੇ ਲਿਓਰ ਕੀਤਾ ਗਿਆ ਬੁਲਾਉਣ ਲਈ, ਐਂਡ ਫਿਰ ਮੈਂ ਐਸ ਐਚ ਓ ਸਾਹਿਬ ਨੂੰ ਕਿਹਾ ਵੀ ਰਜਿਸਟਰ ਦਾ ਕੇਸ ਰਜਿਸਟਰ ਬਾਅਦ ਇਨਵੈਸਟੀਗੇਸ਼ਨ ਦੌਰਾਨ ਆਪਾਂ ਤਿੰਨ ਲੇਡੀਜ਼ ਜਿਹੜੀਆਂ ਅਰੈਸਟ ਕਰ ਲਈਆਂ ਸੀ ਔਰ ਦੋ ਬੰਦੇ ਤਿੰਨ ਹੋਰ ਹੈ, ਦੋ ਤਾਂ ਸਾਨੂੰ ਨਾਂ ਪਤਾ ਕਿਹੜੇ ਹੈਗੇ ਨਾ, ਬਟ ਇੱਕ ਬੰਦਾ ਉਹਨਾਂ ਦੇ ਨਾਲ ਹੋਰ ਹੈ ਜਿਹਦੇ ਬਾਰੇ ਅਸੀਂ ਆਈਡੈਂਟੀਫਾਈ ਕਰ ਰਹੇ ਹਾਂ, ਉਹ ਅਰੈਸਟ ਕਰਨਾ ਬਾਕੀ। ਬੇਸਿਕਲੀ ਇਹ ਪਹਿਲਾਂ ਆਈਡੈਂਟੀਫਾਈ ਕਰਦੇ ਸੀ ਵੀ ਕਿਹੜਾ ਸਾਡੇ ਝਾਂਸੇ 'ਚ ਆ ਸਕਦਾ, ਉਹ ਲੇਡੀਜ਼ ਥਰੂ ਉਹਨਾਂ ਨੂੰ ਫੋਨ ਕਰਾ ਕੇ ਉਹਨਾਂ ਨੂੰ ਬੁਲਾਇਆ ਜਾਂਦਾ ਸੀ, ਫਿਰ ਕਿਸੇ ਕਮਰੇ ਲਿਜਾ ਕੇ ਉੱਥੇ ਫਿਰ ਪਿੱਛੋਂ ਦੋ ਬੰਦੇ ਜਿਹੜੇ ਆ ਨਾਲ ਇੱਕ ਲੇਡੀ ਹੈ ਉਹ ਪਿੱਛੋਂ ਪਹੁੰਚ ਜਾਂਦੇ ਸੀ, ਉਹਨਾਂ ਨੂੰ ਰਾਤ ਮੁਕਾ ਕੇ ਉਹਨਾਂ ਦੀਆਂ ਇਤਰਾਜ਼ਯੋਗ ਹਾਲਤ 'ਚ ਫੋਟੋਆਂ ਖਿੱਚ ਕੇ ਫਿਰ ਉਹਨਾਂ ਨੂੰ ਬਲੈਕਮੇਲ ਕੀਤਾ ਜਾਂਦਾ ਸੀ, ਪੈਸੇ ਦਿਓ ਅਦਰਵਾਈਜ਼ ਤੁਹਾਡਾ ਸੋਸ਼ਲ ਮੀਡੀਆ 'ਚ ਪਾ ਦਾਂਗੇ ਜਾਂ ਹੋਰ ਧਮਕੀਆਂ ਦਿੰਦੇ ਸੀ। ਆਰੋਪੀ ਇੱਕ ਹੈਗੀ ਹੈ ਸੋਨੀਆ, ਇੱਕ ਸਿਮਰਨਜੀਤ ਕੌਰ, ਇੱਕ ਆਰਤੀ। ਫਿਲਹਾਲ ਆਪਾਂ ਤਿੰਨ ਅਰੈਸਟ ਕੀਤੀਆਂ, ਦੋ ਜਿਹੜੇ ਅਜੇ ਨਾਮਜ਼ਦ ਨਾ, ਉਹ ਹੈਗੇ ਸੁਖਵਿੰਦਰ ਕੌਰ ਐਂਡ ਬੰਦੇ ਦਾ ਨਾਂ ਹੈਗਾ ਸਰਬਜੀਤ ਸਿੰਘ ਜੱਗਾ, ਔਰ ਇਹਨਾਂ ਨਾਲ ਇੱਕ ਹੋਰ ਆਦਮੀ ਹੈ ਜਿਹੜਾ ਕਿ ਅਸੀਂ ਆਈਡੈਂਟੀਫਾਈ ਕਰ ਰਹੇ ਹਾਂ। ਇਹ ਤਿੰਨ ਅਜੇ ਅਰੈਸਟ ਕਰਨੇ ਬਾਕੀ। ਮਾਮਲਾ ਐਕਸਟ੍ਰੋਰਸ਼ਨ ਦਾ ਦਰਜ ਕੀਤਾ 384 506 IP। ਉਹ ਮਤਲਬ ਉਹਨਾਂ ਮੈਨੂੰ ਫੋਨ ਕੀਤਾ ਜਨਾਨੀ ਨੇ ਵੀ ਤੁਸੀਂ, ਮੈਂ ਤੁਹਾਨੂੰ ਮਿਲਣਾ ਗਾ ਅਤੇ ਤੁਸੀਂ ਆਓ ਉੱਚੀ ਪੁਲੀ 'ਤੇ। ਮੈਂ ਉੱਚੀ ਪੁਲੀ 'ਤੇ ਜਾਣਦਾ, ਮੈਨੂੰ ਕਿੱਥੇ ਹੈਗੀ ਉੱਚੀ ਪੁਲੀ, ਕਿੱਥੇ ਨਹੀਂ, ਅਤੇ ਮੈਂ ਤਿਲਕ ਦੇ ਹਸਪਤਾਲ ਜਾਣਦਾ, ਕਹਿੰਦੀ ਤਿਲਕ ਦੇ ਹਸਪਤਾਲ ਉੱਥੇ ਆ ਜਾਓ। ਉੱਥੇ ਮੈਂ ਚੱਲ ਗਿਆ, ਉੱਥੇ ਜਾਣ ਤੋਂ ਬਾਅਦ 10-15 ਮਿੰਟ ਮੈਂ ਰੁਕਿਆ, ਫਿਰ ਮੈਂ ਫੋਨ ਕੀਤਾ, ਮੈਂ ਤੂੰ ਆਇਆ ਹੀ ਨਹੀਂ, ਉਹ ਫਿਰ ਆ ਗਈ, ਫਿਰ ਸਕੂਟਰ ਮਗਰ ਬਹਿ ਗਈ ਮੇਰੇ, ਉਹ ਬਹਿ ਕੇ ਫਿਰ ਕਿਸੇ ਦੇ ਘਰ ਲੈ ਗਈ ਮੈਨੂੰ, ਕਿਸੇ ਦੇ ਘਰ ਲੈ ਗਏ, ਉੱਥੇ ਜਾ ਕੇ ਬੈਠੇ। ਬਹਿਣ ਤੋਂ ਬਾਅਦ ਮੈਨੂੰ ਕਹਿੰਦੀ ਵੀ ਤੂੰ ਆਪਣੇ ਕੱਪੜੇ ਖੋਲ, ਹਾਂ ਆਪਣੇ ਖੋਲੇ, ਉਹਨੇ ਖੋਲੇ। ਉਨੇ ਚਿਰ ਬਾਅਦ 2 ਮਿੰਟ ਬਾਅਦ ਸਰਦਾਰ ਆ ਗਿਆ, ਉਹਨੇ ਫੋਨ ਕੀਤਾ ਕਿ ਸਰਦਾਰ ਤੱਕ ਮੋੜਾ ਬੰਦਾ ਆ ਗਿਆ, ਉਹਨਾਂ ਸਾਡੀ ਫੋਟੋ ਖਿੱਚ ਲਈਆਂ, ਔਰ ਮੈਨੂੰ ਕਿਹਾ ਵੀ ਜੇ ਤੂੰ ਕੇਸ ਮੁਕਾਉਣਾ ਹੋਣੀ ਤਾਂ 1,00,000 ਰੁਪਈਆ ਦੇ, ਨਹੀਂ ਤਾਂ ਅਸੀਂ ਤੇਰੀ ਫੋਟੋ ਨੈੱਟ ਪਾ ਦੇਣੀ ਔਰ ਅਸੀਂ ਪੁਲਿਸ ਥਾਣੇ ਰਿਪੋਰਟ ਦੇ ਦੇਣੀ। ਅਤੇ ਮੈਂ ਡਰਦੇ ਮੋਰੀ, ਮੈਂ ਮੇਰੇ ਕੋਲ ਪੈਸੇ ਦੇਖ ਲਏ ਕੋਈ ਨਹੀਂ ਹੈਗੇ, ਉਹਨੇ ਤਲਾਸ਼ੀ ਲਈ, ਉਹਨੇ ਮੇਰੇ ਕੋਲ 1,000 ਰੁਪਇਆ ਨਿਕਲਿਆ, 1,200 ਰੁਪਇਆ ਉਹ ਲੈ ਲਿਆ। ਬਾਅਦ 'ਚ ਮੈਨੂੰ ਕਹਿੰਦਾ ਵੀ ਪੈਸੇ ਦਾ ਇੰਤਜ਼ਾਮ ਕਰ, ਮੈਂ ਮੇਰੇ ਸਰਪੰਚ ਸਾਹਿਬ ਨਾਲ ਗੱਲ ਕਰ ਲਓ। ਸਰਪੰਚ ਸਾਹਿਬ ਨਾਲ ਗੱਲ ਕਰਾਈ, ਸਰਪੰਚ ਸਾਹਿਬ ਨਾਲ ਗੱਲ ਕਰ, ਉਹਨੂੰ ਮੈਨੂੰ ਕਹਿੰਦਾ ਵੀ ਉਹਨਾਂ ਨੂੰ ਕਹੋ ਵੀ ਅਸੀਂ ਫਾਈਨੈਂਸਰਾਂ ਲਿਆ ਗਏ ਹਾਂ, ਉਹਨਾਂ ਕੋਲ ਮੈਂ 1,00,000 ਰੁਪਇਆ ਲਿਆਦਾ ਲੈਦਾ, ਅਤੇ ਮੈਂ ਉਹ ਪੈਸੇ ਲੈਣੇ ਵਾਪਸ। ਮਤਲਬ ਮੈਂ ਉਹਦੇ ਉਹਨਾਂ ਗੱਲ ਕਰਤੀ ਨਾ ਉਹਦੇ, ਵੀ ਉਹ ਕਹਿੰਦੇ ਵੀ ਅਸੀਂ ਫਾਈਨੈਂਸਰਾਂ ਲਿਆ ਗਏ ਹਾਂ, ਅਸੀਂ 1,00,000 ਰੁਪਇਆ ਦੇ ਕੋਲ ਲੈਣਾ ਹੈਗਾ, ਅਤੇ ਪੈਸੇ ਲੈ ਗਿਆ ਉਹ ਸਰਪੰਚ ਸਾਹਿਬ, ਕਹਿੰਦਾ ਵੀ ਪੈਸੇ ਹੀ ਹਿਲੇ ਤਾਂ ਨਹੀਂ, ਕੱਲ੍ਹ ਤੁਸੀਂ ਆਇਓ ਅਤੇ ਪੈਸੇ ਤੁਸੀਂ ਲੈ ਜਾਓ ਮੈਂ, ਠੀਕ ਹੈ। ਫਿਰ ਉਹ ਅਜੀਤਪੁਰ, ਫਿਰ ਉਹਦੇ ਬਾਅਦ ਫਿਰ ਮੈਨੂੰ ਕਹਿੰਦੇ ਵੀ ਤੂੰ ਘਰੋਂ ਪੈਸੇ ਮੰਗਾ। ਮੈਂ ਮੁੰਡੇ ਫੋਨ ਕੀਤਾ, ਉਹ ਘਰੋਂ 8,000 ਰੁਪਈਆ ਅਤੇ ਚੈੱਕ ਬੁੱਕ ਅਤੇ ਆਧਾਰ ਕਾਰਡ ਮੰਗਾਇਆ, ਉਹ ਮੈਨੂੰ ਮੰਗਾਇਆ। ਉਹ ਫਿਰ ਉਹਦੇ ਘਰੋਂ ਅਸੀਂ ਆ ਗਏ ਜਿੱਥੇ ਮਤਲਬ ਹਸਪਤਾਲ ਜਿੱਥੋਂ ਮੈਂ ਗਿਆ ਸੀ, ਉੱਥੇ ਆਣ ਕੇ ਉਹਨਾਂ ਮੇਰੇ ਕੋਲ ਪੈਸੇ ਲਏ, ਚੈੱਕ ਬੁੱਕ ਲਏ ਅਤੇ ਆਧਾਰ ਕਾਰਡ ਲਿਆ ਮੇਰਾ। ਫਿਰ ਕਹਿੰਦੇ ਵੀ ਤੁਸੀਂ ਜਾਓ ਕੱਲ੍ਹ ਪੈਸੇ ਦਾ ਇੰਤਜ਼ਾਮ ਕਰਿਓ 4 ਵਜੇ ਨਾਲ। ਕਿੰਨੇ ਪੈਸੇ ਦਿੱਤੇ ਤੁਸੀਂ? ਮੈਂ 99,000 ਰੁਪਏ ਦਿੱਤਾ ਉਹਨੇ ਉਸ ਵੇਲੇ। ਅਤੇ ਕੰਪਲੇਂਟ ਤੁਸੀਂ ਥਾਣੇ ਕੰਪਲੇਂਟ ਦਿੱਤੀ ਹੈ? ਹਾਂ ਕੰਪਲੇਂਟ। ਫਿਰ ਮੈਂ ਦੂਸਰੇ ਦਿਨ ਫਿਰ ਮੈਂ ਆਪਣੇ ਮੇਰਾ ਇੱਕ ਰਿਸ਼ਤੇਦਾਰ ਸੀ, ਮੈਂ ਉਹਨੂੰ ਫੋਨ ਕੀਤਾ ਪੁਲਿਸ ਜਾ ਕੇ, ਮੈਂ ਸਾਰੇ ਇੱਦਾਂ ਦਾ ਮੇਰੇ ਨਾਲ ਗੱਲ ਹੋ ਗਈ ਹੈ, ਧੱਕਾ ਆਇਆ। ਫਿਰ ਉਹਨਾਂ ਕਿਹਾ ਵੀ ਸਵੇਰੇ ਅਸੀਂ ਪਠਾਨਕੋਟ ਆਏ ਅਤੇ ਬਿਜ਼ਨਸ ਨੇ ਸਾਰਿਆਂ ਨੂੰ ਉਹਨਾਂ ਨਾਲ ਗੱਲ ਕੀਤੀ, ਫਿਰ ਉਹਨਾਂ ਮਨਾਸਾ ਨਾਲ ਮਿਲਾਇਆ, ਫਿਰ ਉਹਨਾਂ ਮੈਂ ਸੱਚੀ ਗੱਲ ਦੱਸਤੀ ਵੀ ਇਹ ਮੇਰੇ ਨਾਲ ਧੱਕਾ ਆਇਆ। ਪੰਡਿਤ ਕਾਸ਼ੀਰਾਮ ਜੀ, ਹਰ ਸਮੱਸਿਆ ਦਾ ਸਮਾਧਾਨ ਘਰ ਬੈਠੇ ਕਰਵਾਓ। ਮਨਚਾਇਆ ਕੰਮ, ਕਾਰੋਬਾਰ ਵਿੱਚ ਰੁਕਾਵਟ, ਵਸ਼ੀਕਰਨ ਕਰਵਾਉਣਾ ਜਾਂ ਤੁੜਵਾਉਣਾ, ਲਵ ਮੈਰਿਜ ਕਿੱਤਾ ਕਰਵਾਇਆ, ਸੰਤਾਨ ਹੀਨਤਾ, ਸੱਸ ਨੂੰ ਅਤੇ ਪਤੀ ਪਤਨੀ 'ਚ ਅਨਬਨ, ਗੁਪਤ ਰੋਗ, ਕੋਰਟ ਕੇਸ, ਤਲਾਕ ਕਰਵਾਉਣਾ ਜਾਂ ਨਾ ਕਰਵਾਉਣਾ, ਖੋ ਚੁੱਕਾ ਪਿਆਰ, ਪਿਆਰ ਵਿੱਚ ਧੋਖਾ, ਗੁਪਤ ਰੋਗ ਤੋਂ ਪਰੇਸ਼ਾਨ, ਸੋਤਨ ਜਾਂ ਦੁਸ਼ਮਣ ਤੋਂ ਛੁਟਕਾਰਾ, ਹਰ ਸਮੱਸਿਆ ਦਾ ਘਰ ਬੈਠੇ ਸਮਾਧਾਨ ਕਰਵਾਓ। ਪੰਡਿਤ ਕਾਸ਼ੀਰਾਮ ਜੀ, ਅੱਜ ਹੀ ਫੋਨ ਕਰੋ।